मेरा नाम जसविंदर सिंह जी, पिता का नाम जगदेव सिंह जी। की हुई गलबात? गलबात सर पता नहीं जी, हम 12 बजे तक असं दो जने कट्ठे सी जी, तो दराहे नूं जाना सी जी, तो वोटा पैंदियां सी, वोट पाउण जाना सी। एक मोटर ते लाइट खराब सी, तो कहिंदे चल पहला वो ठीक करा ला भी, फिर बाद च चलदे आं आपां। तो उदों बाद जी मैं खेत चला गया, तो घंटे डेढ़ घंटे बाद मैं फोन गया जी, मैं दराहे सीगा, तो दराहे फोन गया भी कहिंदे ऐ तो करके आह गल हो गई। ਉਹਨੂੰ ਕੋਈ ਸ਼ੱਕ ਹੈ ਜੀ ਕਿਸੇ ਤੇ? ਬਾਈ ਕਿਸੇ ਤੇ ਆਪੋ ਤੇ ਨਾ ਕੋਈ ਦੁਸ਼ਮਣ ਜਾਂ ਕੋਈ? ਨਾ ਜੀ ਕਿਸੇ ਨਾਲ ਕੋਈ ਆਪਣੀ ਹੈ। ਕੀ ਮੰਗ ਕਰ ਰਹੇ? ਮੰਗ ਤਾਂ ਇਹੀ ਆ ਜੀ ਵੀ ਹੁਣ ਆਪਾਂ ਨੂੰ ਜੋ ਹੋਇਆ ਤਾਂ ਪਤਾ ਲੱਗਣਾ ਚਾਹੀਦਾ ਵੀ ਕਿਹੜੇ ਬੰਦੇ ਨੇ ਕੀਤਾ ਜੀ ਕੰਮ। ਸਰ ਜਗਦੀਪ ਸਿੰਘ ਜੀ ਆਪਣੇ ਘਰ ਬੈਠੇ ਸੀ, ਇਹਨਾਂ ਦਾ ਜਿਹੜਾ ਮਰਡਰ ਹੋਇਆ ਇਹ ਪਤਾ ਨਹੀਂ ਕਿਹੜੇ ਤਰੀਕੇ ਨਾਲ ਕਿਵੇਂ ਕਿਹਨੇ ਕੀਤਾ, ਪਰ ਇੱਕ ਗੱਲ ਦੱਸਣ ਵਾਲੀ ਹੈ ਵੀ ਸਰ ਜਗਦੀਪ ਸਿੰਘ ਬਹੁਤ ਸ਼ਰੀਫ ਇਨਸਾਨ ਸੀ, ਇਲਾਕੇ 'ਚ ਪੁੱਛ ਲਓ, ਇਸ ਨਗਰ 'ਚ ਪੁੱਛ ਲਓ, ਬਹੁਤ ਇਮਾਨਦਾਰ ਅਤੇ ਸ਼ਰੀਫ ਬੰਦੇ ਸੀ। ਕਦੇ ਵੀ ਪਿੰਡ ਦੇ ਸਾਂਝੇ ਕੰਮ ਲਈ ਮੂਹਰੇ ਹੋ ਕੇ ਕਰਾਉਂਦੇ ਸੀ, ਪਰ ਆਹ ਜਿਹੜਾ ਮਰਡਰ ਹੋਇਆ, ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਪੰਜਾਬ ਅੰਦਰ, ਹਰ ਰੋਜ਼ ਕਤਲੋ ਗਾਰਤ ਹੋ ਰਹੀ ਆ, ਮਰਡਰ ਹੋ ਰਹੇ ਨੇ, ਬੇਗੁਨਾਹਾਂ ਦਾ ਖੂਨ ਵਹਾਇਆ ਜਾ ਰਿਹਾ। ਪਤਾ ਨਹੀਂ ਪੰਜਾਬ 'ਚ ਕਿਸ ਤਰ੍ਹਾਂ ਦੀ ਬਦਲਾਅ ਦੀ ਨੀਤੀ ਚੱਲ ਰਹੀ ਆ। ਪੰਜਾਬ ਸਰਕਾਰ ਆਈ ਸੀ ਬਦਲਾਅ ਕਰਨ, ਜਾਂ ਬਦਲਾਅ ਦੇਖ ਲਓ, ਹਰ ਰੋਜ਼ ਮਰਡਰ ਹੋ ਰਹੇ ਨੇ। ਜਿਹੜੇ ਇਮਾਨਦਾਰ ਆਪਣੇ ਘਰੇਲੂ ਬੰਦੇ ਘਰਾਂ 'ਚ ਬੈਠੇ ਹਰ ਇੱਕ ਦੇ ਦੁੱਖ ਸੁੱਖ ਵਿੱਚ ਸਾਂਝ ਰੱਖਣ ਵਾਲੇ ਲੋਕ, ਉਹਨਾਂ ਦੇ ਘਰ ਬੈਠਿਆਂ ਦੇ ਮਰਡਰ ਹੋ ਰਹੇ ਨੇ। ਇਹਦਾ ਇਹ ਪਤਾ ਲੱਗਦਾ ਜੀ ਸਰਕਾਰ ਬੇਕਾਬੂ ਹੋ ਗਈ। ਜਿਹੜੇ ਗੈਂਗਸਟਰ ਲੋਕ ਨੇ ਜਾਂ ਜਿਹੜੇ ਮਾੜੇ ਅਨਸਰ ਨੇ, ਉਹਨਾਂ ਨੇ ਸਿਰ ਚੱਕ ਲਿਆ ਵੀ ਸਾਨੂੰ ਕਹਿਣ ਵਾਲਾ ਜਾਂ ਦਬਾਉਣ ਵਾਲਾ ਕੋਈ ਰਿਹਾ ਨਹੀਂ, ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ। ਆਮ ਬੇਦੋਸ਼ਾਂ ਲੋਕਾਂ ਦਾ ਜਿਹੜਾ ਮਰਡਰ ਹੋ ਰਿਹਾ, ਇਹਦੇ ਲਈ ਸਿੱਧੇ ਤੌਰ 'ਤੇ ਸਰਕਾਰ ਜ਼ਿੰਮੇਵਾਰ ਹੈ। ਸਰਕਾਰ ਦੀ ਲਾਅ ਐਂਡ ਆਰਡਰ ਦੀ ਸਥਿਤੀ ਹੈ ਜਿਹੜੀ, ਉਹ ਬਿਲਕੁਲ ਪੰਜਾਬ 'ਚ ਖਤਮ ਹੋ ਜਾਵੇਗੀ। ਸਾਡੇ ਇਲਾਕੇ 'ਚ ਇਹ ਪਹਿਲੀ ਵਾਰ ਆ ਵੀ ਇੱਕ ਦਿਨ ਦਿਹਾੜੇ ਇੱਕ ਆਮ ਪਰਿਵਾਰ ਦੇ ਬੰਦੇ ਨੂੰ, ਇੱਕ ਸ਼ਰੀਫ ਇਨਸਾਨ ਨੂੰ ਮਾਰ ਕੇ ਰੱਖਤਾ, ਅਤੇ ਜਿਨ੍ਹਾਂ ਦਾ ਕੋਈ ਕਿਸੇ ਨਾਲ ਬੈਰ ਵਿਰੋਧ ਨਹੀਂ, ਪਿੰਡ 'ਚ ਨਹੀਂ, ਇਲਾਕੇ 'ਚ ਨਹੀਂ। ਅਤੇ ਇਹੋ ਜਿਹੀਆਂ ਘਟਨਾਵਾਂ ਨੇ ਜਿਹੜੀਆਂ ਬਹੁਤ ਦਿਲ ਝੰਜੋੜ ਕੇ ਰੱਖਦੀਆਂ ਨੇ। ਇਹ ਪਰਿਵਾਰ ਪਹਿਲਾਂ ਤੋਂ ਸ਼ਹੀਦ ਆਜਮ ਸਾਹਿਬ ਬਿਆਨ ਸਿੰਘ ਦੇ ਪਰਿਵਾਰ ਨਾਲ ਰਿਹਾ, ਅਤੇ ਬਹੁਤ ਵੱਡੇ ਪਰਿਵਾਰ ਦੇ ਜਵਾਈ ਸੀ ਸਰ ਜਗਦੀਪ ਸਿੰਘ, ਜਿਹੜਾ ਅੱਜ ਮਰਡਰ ਹੋਇਆ, ਇਹਦੀ ਮੈਂ ਨਿਖੇਧੀ ਕਰਦਾ, ਇਹ ਪੁਲਿਸ ਪ੍ਰਸ਼ਾਸਨ ਤੋਂ, ਸਰਕਾਰ ਤੋਂ ਮੰਗ ਕਰਦੇ ਹਾਂ ਵੀ ਬੜੀ ਜਲਦੀ ਡੀਪਲੀ ਜਾ ਕੇ ਇਹਨਾਂ ਦੇ ਹਥਿਆਰਾਂ ਨੂੰ ਫੜਿਆ ਜਾਵੇ, ਅਤੇ ਸੱਚ ਦਾ ਸੱਚ, ਝੂਠ ਦਾ ਝੂਠ ਲੋਕਾਂ ਦੇ ਸਾਹਮਣੇ ਲਿਆ ਕੇ। ਨਹੀਂ ਮੈਂ ਇਹ ਨਹੀਂ ਕਹਿ ਸਕਦਾ, ਕਿਉਂਕਿ ਵੋਟਿੰਗ ਚਾਹੇ ਕਿਸੇ ਵੀ ਕਿਸਮ ਦੀ ਵੋਟਿੰਗ ਤਾਂ ਹੁੰਦੀ ਰਹਿੰਦੀ ਆ, ਇਹਨਾਂ ਦੀ ਸ਼ੂਗਰ ਮਿਲ ਦੀ ਵੋਟ ਹੋ ਰਹੀ ਹੈ ਦਰਾਜ 'ਚ, ਉਹਦੇ ਨਾਲ ਕੋਈ ਲਿੰਕ ਨਹੀਂ, ਕੀ ਪਤਾ ਕਿਹੜਾ ਕਾਰਨ ਬਣਿਆ ਜਾਂ ਕਿਸ ਤਰੀਕੇ ਨਾਲ, ਪਰ ਜੋ ਵੀ ਹੋਇਆ ਬਹੁਤ ਮੰਦਭਾਗੀ ਘਟਨਾ ਅਤੇ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ। ਜਗਦੀਪ ਸਿੰਘ ਸਾਨੂੰ ਪ੍ਰੇਮ ਸਿੰਘ ਤਰਪੋਈਆਂ ਪਿੰਡ ਦੇ ਬਜ਼ੁਰਗ ਨੇ, ਜਿਨ੍ਹਾਂ ਦੀ ਉਮਰ ਕਰੀਬ 63-64 ਸਾਲ ਹੈਗੀ ਹੈ। ਇਹਨਾਂ ਦਾ ਇੱਥੇ ਜਿਹੜਾ ਪਰਿਵਾਰ ਆ, ਜਿਹਦੇ ਵਿੱਚ ਜਸਵਿੰਦਰ ਸਿੰਘ, ਅਮਰਿੰਦਰ ਸਿੰਘ ਦੋ ਬੇਟੇ ਨੇ, ਬੇਟੀ ਸੁਖਦੀਪ ਕੌਰ ਅਮਰੀਕਾ 'ਚ ਰਹਿੰਦੀ ਹੈ, ਜਿਹੜਾ ਛੋਟਾ ਬੇਟਾ ਅਮਰਿੰਦਰ ਆ ਉਹ ਕਨੇਡਾ 'ਚ ਰਹਿੰਦਾ, ਅਤੇ ਜਸਵਿੰਦਰ ਸਿੰਘ ਜੋ ਹੈਗਾ ਇਹਨਾਂ ਦਾ ਵੱਡਾ ਬੇਟਾ, ਉਹਦੇ ਨਾਲ ਇੱਥੇ ਆਪਣੇ ਘਰ 'ਚ ਰਹਿ ਰਹੇ ਨੇ। ਅਤੇ ਘਰ ਦੇ ਬਿਲਕੁਲ ਸਾਹਮਣੇ ਇਹਨਾਂ ਨੇ ਇੱਕ ਡੰਗਰਾਂ ਦਾ ਵਾੜਾ, ਜਿਹਨੂੰ ਆਪਾਂ ਹਵੇਲੀ ਜਾਂ ਬਾਹਰਲਾ ਘਰ ਕਹਿ ਦਿੰਦੇ, ਉੱਥੇ ਅੱਜ ਤਕਰੀਬਨ 12 ਵਜੇ ਤੋਂ ਬਾਅਦ ਕਿਤੇ ਉੱਥੇ ਆਪਣੇ ਘਰੇ ਗਏ ਨੇ। ਤਾਂ ਉਸ ਤੋਂ ਬਾਅਦ ਬੇਟਾ ਇਹਨਾਂ ਦਾ ਖੇਤ ਗਿਆ ਹੋਇਆ ਸੀ, ਬੇਟੇ ਦੇ ਕਹਿਣ ਮੁਤਾਬਕ, ਤਾਂ ਇਹਨਾਂ ਜਿਹੜਾ ਭਈਆ ਸੀਗਾ ਉਹਨੇ ਆ ਕੇ ਇੱਥੇ ਜੋ ਡੰਗਰਾਂ ਨੂੰ ਕੱਖ ਪਾਉਣ ਵਾਸਤੇ ਅੰਦਰ ਆਇਆ, ਅਤੇ ਉਹਨੇ ਜੋ ਗੇਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਗੇਟ ਅੰਦਰੋਂ ਬੰਦ ਸੀਗਾ, ਉਹ ਕੰਧ ਟੱਪ ਕੇ ਅੰਦਰ ਗਿਆ। ਅੰਦਰ ਜਾ ਕੇ ਉਹਨੇ ਜਦੋਂ ਦੇਖਿਆ ਗੇਟ ਖੋਲ੍ਹਣ ਤੋਂ ਬਾਅਦ, ਉਹਨੂੰ ਪਤਾ ਲੱਗਿਆ ਵੀ ਸਾਈਡ 'ਤੇ ਜੋ ਦੱਸਣ ਮੁਤਾਬਕ ਜਿਹੜੇ ਜਗਦੇਵ ਸਿੰਘ ਸੀਗੇ ਉਹਨਾਂ ਦੀ ਜਿਹੜੀ ਡੈੱਡ ਬੋਡੀ ਆ ਕੁਰਸੀ ਉੱਪਰ ਖੂਨ ਨਾਲ ਲੱਥ-ਪੱਥ ਪਈ ਸੀਗੀ। ਉਹਨੇ ਮੁੜ ਕੇ ਇੱਥੇ ਪਿੰਡ ਦੇ ਜਿਹੜੇ ਆਂਢ ਗੁਆਂਢ ਸੀ ਉਹਨਾਂ ਨੂੰ ਦੱਸਿਆ। ਉਸ ਤੋਂ ਬਾਅਦ ਜੋ ਜਸਵਿੰਦਰ ਸਿੰਘ ਬੇਟਾ ਜਿਹੜਾ ਉਹਦੀ ਵਾਈਫ ਨੂੰ, ਨੂੰਹ ਨੂੰ ਦੱਸਿਆ, ਉਹਨੇ ਫਿਰ ਆ ਕੇ ਰੌਲਾ ਪਾਇਆ, ਜਿਸ ਤੋਂ ਬਾਅਦ ਪਤਾ ਲੱਗਿਆ ਵੀ ਜੋ ਜਗਦੇਵ ਸਿੰਘ ਆ, ਜਿਨ੍ਹਾਂ ਦੀ ਕਰੀਬ 63-64 ਸਾਲ ਉਮਰ ਆ, ਕਿਸੇ ਅਨਨੋਨ ਪਰਸਨ ਨੇ ਉਹਨਾਂ ਦਾ ਕਤਲ ਕੀਤਾ। ਅਤੇ ਅਸੀਂ ਹੁਣ ਆਪਣੀ ਫਰੈਂਸਿਕ ਟੀਮ, ਡੋਗ ਸਕੋਟ ਔਰ ਫਿੰਗਰ ਪ੍ਰਿੰਟ ਸਪੱਟ ਇੱਥੇ ਬੁਲਾਏ ਹੋਏ ਨੇ, ਪਲੱਸ ਸਾਡੀ CA ਟੀਮ, ਸਪੈਸ਼ਲ ਬ੍ਰਾਂਚ ਟੀਮਾਂ ਸਾਡੀਆਂ ਅਸੀਂ ਇੱਥੇ ਗਠਿਤ ਕੀਤੀਆਂ ਨੇ। ਅਤੇ ਅਸੀਂ ਹੁਣ ਡੰਗਾਈ ਨਾਲ ਤਫਤੀਸ਼ ਕਰਕੇ ਪਤਾ ਲਾਵਾਂਗੇ ਵੀ ਇਹ ਕਿਵੇਂ ਮਰਡਰ ਹੋਇਆ ਔਰ ਕਿੰਨੇ ਕਿੰਨੇ ਕੀਤਾ ਔਰ ਕਿਹਦਾ ਕਿਹਦਾ ਹੱਥ ਹੈ। ਅਤੇ ਦੌਰਾਨੇ ਤਫਤੀਸ਼ ਅਗਲੀ ਗੱਲ ਸਾਹਮਣੇ ਆਉਂਦੀ, ਪਰ ਪਤਾ ਕਰਾਂਗੇ ਦੌਰਾਨੇ ਤਫਤੀਸ਼ ਬਦਲ ਗਈ। ਇਹ ਕੁੰਡੇ ਹਥਿਆਰ ਨਾਲ ਜਿੱਦਾਂ ਉਹਨਾਂ ਦੀ ਉਂਗਲ ਵੱਢੀ ਹੋਈ ਆ ਜਾਂ ਸਿਰ ਦੇ ਵਿੱਚ ਉਹਨਾਂ ਸੱਟਾਂ ਨੇ ਕਾਰਨ ਹੈਗਾ, ਇਹ ਕੋਈ ਬਲੰਟ ਸੱਟਾਂ ਜਿਹੜੀਆਂ ਹੈਗੀਆਂ ਉਹਦੇ ਨਾਲ ਕੋਈ ਲੱਗੀਆਂ ਲੱਗਦੀਆਂ। ਬਾਕੀ ਇਹ ਪੋਸਟਮਾਰਟਮ ਦਾ ਪਾਰਟ ਆ, ਦੌਰਾਨੇ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੂ ਵੀ ਇਹ ਕਿਹੜੇ ਹਥਿਆਰ ਨਾਲ ਜਾਂ ਕਿਵੇਂ ਕਿਵੇਂ ਸੱਟ ਲੱਗੀ ਹੈ।
100% गारंटी नाल पाओ हर परेशानी दा हल। गुरु कबीर जी 98720 82 492। गेट एक्स लव बैक इन योर लाइफ। मोनी वशीकरण करवाओ, मन चाह प्रेमी प्रेमिका अपने वास विच करो। परेशानी जी में वशीकरण करवाना चाह तुड़वाना, पति पत्नी च अनबन, औलाद सुख, विदेश यात्रा, पीआर च रुकावट, खोया प्यार वापस पौना, सौतन दुश्मन तो छुटकारा, कर्जा मुक्ति, प्रेम व्याज देरी, तलाक केस चा समीनी झगड़ा, लॉटरी नंबर पाओ 649 होवे चा लोटो मैक्स, प्यार च धोखा खा चुके प्रेमी प्रेमिका एक बार जरूर संपर्क करो। मैं तुहाडा प्यार टुटन नहीं देवांगा। It's my promise.